आपने आर्ट्स में एडमिशन लेनी है पीटी में। ये तो पीटी का ही सोच रखा जी। ओके, तो आपका क्या ड्रीम है? ड्रीम अपना भी बाहर जाना। क्या करना है बाहर जाके? बस कुछ नहीं, वीजा कमाना, अच्छा सिस्टम ढूंढना। वहां जाके भी तो कुछ करना होगा। बस करके कंप्लीट स्टडी, अपना वीजा जोड़ना, अच्छा सिस्टम जोड़ना है। फ्यूचर में क्या बनने के बारे में सोचा है? अभी तक तो कुछ सोचा नहीं है। मैडम दी खास खास गल्लां की लगदे ने यार? ਆ ਮੈਡਮ ਚੀਜ਼ ਵਧੀਆ ਪੜ੍ਹਾਉਂਦੇ ਹੋ ਸਾਰਾ ਕੁਛ? ਉਹ ਕੱਲਾ ਪੜ੍ਹਾਈ ਦੀ ਗੱਲ ਕੀਤੀ ਆ ਮੈਂ। ਤੁਸੀਂ ਲਿਪਸਟਿਕ ਲਾਉਣਾ ਚਾਹੁੰਦੇ ਹੋ ਜੀ? ਤੁਹਾਡੇ ਪਿੰਡ ਦੇ ਬੁੜੇ ਚਾਹੁੰਦੇ ਵੀ ਇਹ ਨਾ ਲਾਵੀ ਜੀ। ਤੁਹਾਡੀ ਲਿਪਸਟਿਕ 'ਚ ਇਹੋ ਜਿਹਾ ਕੀ ਖਾਸ ਹੈ? ਕਿਆ ਆਪਕੀ ਲਿਪਸਟਿਕ ਮੇਂ ਨਮਕ ਹੈ? ਜੋ ਤੁਹਾਡਾ ਜਨਮ ਹੋਇਆ ਜੀ, ਤੁਹਾਨੂੰ ਪਤਾ ਕਦੋਂ ਲੱਗਣ ਲੱਗਿਆ ਵੀ ਸਾਡੇ ਪਿੰਡ ਦੀਆਂ ਬੁੜੀਆਂ ਮੇਰੇ 'ਤੇ ਲੱਗਦੀਆਂ ਨੇ? ਛੋਟੇ ਹੁੰਦੇ ਸੀ ਜਿਹਦੇ ਜੰਮੇ ਸੀ ਉਹਦੀ ਪਤਾ ਲੱਗ ਗਿਆ। ਚਾਵਾਂ ਵਰਤਦੇ ਹੋ? ਚਾਵਾਂ ਚਾਵਾਂ ਪੋਲਿਸ਼ਿੰਗ ਕਰਦਾ ਹੈ? ਪੋਲਿਸ਼ ਤਾਂ ਬੂਟਾਂ ਦੀ ਕਰਦੇ ਪਰ ਨਹੀਂ ਸਕਿਨ ਪੋਲਿਸ਼ਿੰਗ। ਸਕਿਨ ਬੇ ਬੋਲਿਆ ਬੇ ਬੋਲਿਆ ਤੂੰ ਡਰਨਾ ਡਰਨਾ ਤੇਰੇ ਤਵੇ ਵਰਗੇ ਰੰਗ ਦਾ ਤੇਰੇ ਤਵੇ ਵਰਗੇ ਰੰਗ ਦਾ ਸਾਡੇ ਕੋਲ ਇਲਾਜ ਹੈਗਾ ਬੰਬੇ ਤੱਕ ਸਾਡਾ ਝੋਟਾ ਬੋਲ। ਰਿੰਕੂ ਬਾਈ, ਕੀ ਕਲਾਸ 'ਚ ਕਿਵੇਂ ਮਾਹੌਲ ਕਿਵੇਂ ਰਹਿੰਦਾ ਸਰ? ਤਾਂ ਇੱਕ ਨੰਬਰ ਦਾ ਹਾਏ ਹਾਏ। ਹਿੰਦੀ ਹਰਿਆਣਵੀ? ਅੱਛਾ, ਨੂੰ ਕਿਆ ਕਰਾ ਥਾ? ਕੋਈ ਬਾਤ ਤੈਂ ਬਾਈ ਹਰਿਆਣਵੀ ਜੀ ਬੋਲਣਾ ਆਪਦੀ ਲੈਂਗੁਏਜ, ਕੋਈ ਚੱਕਰ ਵਾਲੀ ਗੱਲ ਨਹੀਂ, ਠੀਕ ਹੈ? ਹਾਂ, ਸਭ ਪੰਜਾਬੀ ਸਮਝ 'ਚ ਆ ਜਾਂਦੀ ਹੈ? ਇੱਕ ਨੰਬਰ। ਵਾਹ, ਠੀਕ ਹੈ, ਤੇ ਇੱਕ ਨੰਬਰ ਦੀ ਸਟਾਰਟ ਕਰਦੇ ਹਾਂ ਕੁਸ਼ਚਨ ਆਪਾਂ। ਤੇ ਕੀ ਕੀ ਲੱਗਦਾ ਕੀ ਹੈ ਜਦੋਂ ਮੰਨ ਕੇ ਚੱਲ ਵੀ ਉਰੇ ਆਉਣਾ ਹੈ ਹਰਿਆਣਵੀ 'ਚ ਮੈਡਮ ਨਾਲ ਗੱਲਬਾਤ ਕਰਦਾ ਨਾ? ਸਵਾਲ ਪੁੱਛੋ ਤੁਸੀਂ ਬੋਲੀ ਚੱਲਿਓ। ਹਾਂਜੀ, ਪਹਿਲਾਂ ਤਾਂ ਕੀਤੀ ਆ ਨਹੀਂ ਕੀਤੀ, ਕਿਹੜੀ ਕੰਟਰੀ ਸੋਚਦੇ ਜੀ? ਲਓ ਜੀ ਪੁੱਛੋ। ਵਟਸ ਯੋਰ ਨੇਮ? ਮੈਂ ਪੂਰਾ ਦੱਬ ਕੇ ਬੋਲਣਾ, ਦੱਬਣਾ ਨਹੀਂ ਕੰਮ, ਠੀਕ ਹੈ? ਹਾਂ, ਦੁਬਾਰੇ ਪੁੱਛੋ, ਦੁਬਾਰੇ ਪੁੱਛੋ, ਸਮਝ ਨਹੀਂ ਆਈ ਕੁਐਸਚਨ ਉਧਰ। ਵਟਸ ਯੋਰ ਨੇਮ? ਮਾਈ ਨੇਮ ਇਜ਼ ਰਿੰਕੂ। ਤੂੰ ਮਾਰੇਂਗੀ ਚੰਦਰੀ ਨਹੀਂ ਸਮਾਈਲ ਨਾ ਮਾਰ। ਮੇਰੀ ਗੱਲ ਮਾਲਾ, ਕੰਮ ਕੰਮ ਦੀ ਗੱਲ ਕਰ ਲਓ, ਜਿਹੜਾ ਆਪਾਂ ਪੜ੍ਹਾਈ ਕਰ ਰਹੇ, ਮੈਂ ਤਾਂ ਉਲਝਿਆ ਬੈਠੇ। ਹਾਂਜੀ, ਆਪਣੀ ਹਾਂ ਪੁੱਛੀ ਪੁੱਛੋ।
ਆਪਨੇ ਆਈਐਲਟੀਐਸ ਮੇ ਐਡਮਿਸ਼ਨ ਲੈਣੀ ਹੈ ਪੀਟੀ ਮੇ ਇਹ ਤੋਂ ਪੀਟੀ ਦਾ ਸੋਚ ਰੱਖਿਆ ਜੀ ਓਕੇ ਤੋ ਆਪਕਾ ਕਿਆ ਡ੍ਰੀਮ ਹੈ ਡ੍ਰੀਮ ਆਪਣਾ ਜੀ ਬਾਹਰ ਜਾਣਾ ਕਿਆ ਕਰਨਾ ਹੈ ਬਾਹਰ ਜਾ ਕੇ ਬਸ ਕੁਛ ਨਹੀਂ ਵੀਜ਼ਾ ਕਮਾਉਣਾ ਅੱਛਾ ਸਿਸਟਮ ਜੋੜਨਾ ਹੈ ਵਹਾਂ ਜਾ ਕੇ ਵੀ ਤੋ ਕੁਛ ਕਰਨਾ ਹੋਗਾ ਬਸ ਕਰਕੇ ਕੰਪਲੀਟ ਸਟੱਡੀ ਆਪਣਾ ਵੀਜ਼ਾ ਜੋੜਨਾ ਅੱਛਾ ਸਿਸਟਮ ਜੋੜਨਾ ਹੈ ਫਿਊਚਰ ਮੇ ਕਿਆ ਬਣਨੇ ਕੇ ਬਾਰੇ ਮੇ ਸੋਚਾ ਹੈ ਜੀ ਤੱਕ ਤੋ ਕੁਛ ਸੋਚਿਆ ਨਹੀਂ ਹੈ ਐਨੀ ਜੇ ਸਮਾਇਲ ਮਾਰੋਗੇ ਫਿਰ ਤਾਂ ਪੜ ਲੈ ਜੀ ਉਹ ਤੂੰ ਵੀ ਮੋਚਣ ਮਰੋੜਾ ਦੇ ਮੈਡਮ ਦੀ ਖਾਸ ਖਾਸ ਗੱਲਾਂ ਕੀ ਲੱਗਦੇ ਨੇ ਵੀ ਯਾਰ ਆ ਮੈਡਮ ਚੀਜ਼ ਵਧੀਆ ਪੜਾਉਂਦੇ ਹੋ ਓਕੇ ਜੀ ਸਾਰਾ ਕੁਛ ਉਹ ਕੱਲਾ ਪੜ੍ਹਾਈ ਦੀ ਗੱਲ ਕੀਤੀ ਆ ਮੈਂ ਵੀ ਪੜ੍ਹਾਈ 'ਚ ਕੀ ਕੀਤੀਆਂ ਫੇਵਰਟ ਲੱਗਦੇ ਨੇ ਵੀ ਮੈਮ ਦਾ ਆਹ ਚੀਜ਼ ਪੜ੍ਹਾਉਣ ਦਾ ਤਰੀਕਾ ਮੈਨੂੰ ਬੜਾ ਵਧੀਆ ਲੱਗਦਾ ਸਮਝਾਉਣਾ ਬਹੁਤ ਅੱਛਾ ਜੀ ਸਮਝਾਉਣਾ ਬਹੁਤ ਅੱਛਾ ਕਿਹੜੀ ਚੀਜ਼ ਜ਼ਿਆਦਾਤਰ ਤੁਹਾਨੂੰ ਸਮਝ 'ਚ ਆ ਜਾਂਦੀ ਮੈਡਮ ਦੀ ਪੜ੍ਹਾਈ ਹੋਈ ਆਪਣੇ ਨੂੰ ਸਾਰਾ ਸਮਝ ਨਹੀਂ ਆ ਰਿਹਾ ਜੀ ਦੇਖ ਕੇ ਪੜ੍ਹਾਇਆ ਜੀ ਮੜਾ ਜੀ ਇਹ ਕਿਹੜੀ ਚੀਜ਼ ਦਿੱਕਤ ਮਹਿਸੂਸ ਕਰਦਾ ਪੜ੍ਹਨ ਦੇ ਟਾਈਮ ਦੀ ਪੜ੍ਹਨੇ ਮੇ ਅੱਛਾ ਹੈ ਅੰਡਰਸਟੈਂਡਿੰਗ ਵੀ ਅੱਛੀ ਹੈ ਇਸਕੀ ਰੀਡਿੰਗ ਵਗੈਰਾ ਮੇ ਲਿਸਨਿੰਗ ਵੀ ਅੱਛੀ ਹੈ ਬਟ ਥੋੜਾ ਨਰਵਸ ਹੁੰਦਾ ਹੈ ਕਿ ਐਗਜ਼ਾਮ ਕੋ ਲੈ ਕੇ ਕਿ ਇਸਕੋ ਹੈ ਕਿ ਐਗਜ਼ਾਮ ਕੈਸਾ ਆਏਗਾ ਡਿਫਿਕਲਟ ਨਾ ਆ ਜੇ ਬਟ ਓਵਰਆਲ ਸਟੱਡੀ ਮੇ ਅੱਛਾ ਹੈ ਸਟੱਡੀ ਮੇ ਅੱਛਾ ਹੈ ਜੀ ਕਿੰਨੇ ਬੈਂਡ ਤੁਹਾਨੂੰ ਕੀ ਲੱਗਦਾ ਵੀ ਲੈ ਕੇ ਜਾ ਸਕਦੇ ਜੀ 7 ਪਲੱਸ ਸਰ 7 ਪਲੱਸ ਬੈਂਡ ਲੱਗੇ ਮਤਲਬ ਮੁੰਡਾ ਪੜਨ ਵਾਲਾ ਰਹਿਣ ਵੀ ਹੈ ਪੂਰਾ ਗੁੱਡ ਕੰਮ ਹੈ ਇੱਕ ਨੰਬਰ ਤੁਸੀਂ ਕੀ ਸੋਚਿਆ ਲੈ ਤੁਸੀਂ ਕੀ ਕਰਨਾ ਚਾਹੁੰਦੇ ਹੋ ਜੀ ਸਰ ਮੇਰਾ ਡ੍ਰੀਮ ਹੈ ਕਿ ਮੈਂ ਡਾਕਟਰ ਬਣਾ ਤੇ ਮੇਰਾ ਆਸਟ੍ਰੇਲੀਆ ਜਾਣ ਦਾ ਡ੍ਰੀਮ ਹੈ ਡਾਕਟਰ ਆਸਟ੍ਰੇਲੀਆ ਜਾ ਕੇ ਪੜਨਾ ਜੀ ਹਾਂਜੀ ਸਰ ਪੰਜਾਬ ਤੁਸੀਂ ਕਿਉਂ ਨਹੀਂ ਡਾਕਟਰ ਬਣੇ ਜੀ ਸਰ ਇੱਥੇ ਮਤਲਬ ਸਟੱਡੀ ਬਹੁਤ ਜ਼ਿਆਦਾ ਹੁੰਦੀ ਹੈ ਮਤਲਬ ਪਹਿਲਾਂ ਜ਼ਿਆਦਾ ਸਟੱਡੀ ਕਰਨੀ ਪੈਂਦੀ ਹੈ ਤੇ ਉਸ ਤੋਂ ਬਾਅਦ ਆਪਾਂ ਸਟੈਂਡ ਹੋ ਸਕਦੇ ਹਾਂ ਠੀਕ ਹੈ ਬਟ ਉੱਥੇ ਜਾ ਕੇ ਆਪਾਂ ਸਟੱਡੀ ਦੇ ਨਾਲ ਨਾਲ ਜੌਬ ਵੀ ਕਰ ਸਕਦੇ ਹਾਂ ਤੇ ਵਧੀਆ ਸੈਟਲ ਵੀ ਕਰ ਸਕਦੇ ਹਾਂ ਆਪਣੀ ਲਾਈਫ ਈਜ਼ੀਲੀ ਤੁਸੀਂ ਡਾਕਟਰ ਬਣ ਗਏ ਜੀ ਤੁਹਾਡੇ ਕੋਲੇ ਸਾਡਾ ਹਰਿਆਣਵੀ ਭਾਈ ਹੈ ਜੀ ਇਲਾਜ ਕਰਾਉਣ ਦਾ ਠੀਕ ਹੈ ਜੀ ਤੇ ਤੂੰ ਹਲਕਾ ਹਲਕਾ ਬਿਮਾਰ ਆ ਠੰਡ ਕਰਕੇ ਗਲਾ ਗੋਲਾ ਤੇਰਾ ਖਰਾਬ ਠੀਕ ਹੈ ਮੈਡਮ ਦਾ ਕਹਿਣਾ ਵੀ ਕਿਵੇਂ ਗਲਾ ਗੋਲਾ ਬਹੁਤ ਖਰਾਬ ਹੈ ਜੀ ਕੋਈ ਤਾਕੜੀ ਜੀ ਦਵਾਈ ਦਿਓ ਜਿਹਦੇ ਨਾਲ ਮੈਂ ਛੇ ਛੇਤੀ ਠੀਕ ਹੋ ਜਾਂ ਠੀਕ ਹੈ ਆ ਮਾੜਾ ਜਿਹਾ ਸਵਾਲ ਪੁੱਛ ਰਾਮ ਰਾਮ ਜੀ ਰਾਮ ਰਾਮ ਬੁਖਾਰ ਹੈ ਜੀ ਹਲਕਾ ਹਲਕਾ ਕੋਈ ਵੀ ਦਵਾਈ ਦੇ ਦਿੱਤੀ ਹੋ ਠੀਕ ਹੋ ਜਾਓਗੇ ਲਿਖ ਦਿਓ ਜੀ ਫਿਰ ਕਿਤਨ ਕੀ ਮਹਿੰਗੀ ਮੂੰਗੀ ਤੋਂ ਨਹੀਂ ਨਹੀਂ ਲਿਖ ਦਿਓ ਜਿਲੇ ਆਵਾਂਗੇ ਥੋੜੀਆਂ ਸਮਾਈਲਾਂ ਮਾਰਨਗੇ ਜੀ ਕੁਛ ਮਰਜ਼ੀ ਬਣ ਜੋ ਮੈਂ ਲਾ ਲਿਆ ਹਿਸਾਬ ਸਾਰੀ ਗੱਲ ਜੀ ਬਿਮਾਰ ਹੈ ਤੂੰ ਤਾਂ ਬਿਮਾਰ ਸਹੀ ਚੱਲ ਰਿਹਾ ਮੈਮ ਡਾਕਟਰ ਨਹੀਂ ਸਾਨੂੰ ਥੋੜ੍ਹਾ ਜਿਹਾ ਕੰਫਿਊਜ਼ਨ ਦੇ ਵਿੱਚ ਹੈ ਜੀ ਤੁਸੀਂ ਪ੍ਰੋਪਰ ਵਰਕ ਕਰਨਾ ਜੀ ਆਪਣੇ ਕੋਰਸ ਦੇ ਉੱਤੇ ਜੀ ਵੀ ਹਾਂ ਕੀ ਖਾਧਾ ਸੀ ਪੁੱਛਦੇ ਹੁੰਦੇ ਵੀ ਭਾਈ ਦੋ ਦਿਨਾਂ ਤੋਂ ਕੁਛ ਖਾਧਾ ਸੀਗਾ ਗਲਾ ਕਿਉਂ ਖਰਾਬ ਹੋਇਆ ਗਰਮ ਪਾਣੀ ਪੀਣਾ ਹੁੰਦਾ ਉਪਾਏ ਵੀ ਦੱਸਣੇ ਨਾਲ ਨਾਲ ਠੀਕ ਹੈ ਜੀ ਦੁਬਾਰੇ ਰਾਮ ਰਾਮ ਤੋਂ ਐਂਟਰੀ ਹੋਈ ਬਈ ਚੱਲ ਰਾਮ ਰਾਮ ਜੀ ਰਾਮ ਰਾਮ ਗਲਾ ਖਰਾਬ ਜੀ ਬੁਖਾਰ ਹੋ ਰਿਹਾ ਹਲਕਾ ਹਲਕਾ ਅਰਗਿੱਲਾ ਦੁੱਖ ਜੀ ਸਿਰ ਕੱਲ ਕਿਆ ਖਾਇਆ ਤਾ ਕੁਛ ਨਹੀਂ ਦੋ ਰੋਟੀ ਖਾਈ ਦੀ ਦਾਲ ਗਲਾ ਰਾਤ ਖਾਣਾ ਖਾਇਆ ਤਾ ਰਾਤ ਹੀ ਬਤਾਈ ਆ ਠੀਕ ਹੈ ਕੰਮ ਫਿਰ ਰਾਤ ਨਹੀਂ ਬਤਾਈ ਸੀ ਸਹੀ ਗੱਲ ਹੈ ਹਾਂ ਜੀ ਹਾਂ ਪੁੱਛੋ ਜੀ ਪੁੱਛੋ ਪੁੱਛੋ ਠੰਡਾ ਪਾਣੀ ਤਾਂ ਨਹੀਂ ਪੀਆ ਥਾ ਇੱਕ ਵਾਰੀ ਪੀਆ ਥਾ ਜੀ ਠੀਕ ਹੈ ਮੈਂ ਦਵਾਈ ਦੇ ਦਿੱਤੀ ਉਸਕੇ ਸਾਥ ਠੀਕ ਹੋ ਜਾਓਗੇ ਠੰਡਾ ਪਾਣੀ ਨਹੀਂ ਪੀਣਾ ਔਰ ਬਾਹਰ ਕਾ ਕੁਛ ਨਹੀਂ ਖਾਣਾ ਔਰ ਟਾਈਮ ਦਵਾਈ ਸੇ ਦਵਾਈ ਟਾਈਮ ਸੇ ਲੈਣੀ ਹੈ ਦੇਖਿਓ ਜੀ ਵਿਚਲਾ ਰਹੇ ਹੋ ਆਪ ਦੇ ਮੰਨੇ ਵਿਚਲਿਆ ਦਿਓ ਫਿਰ ਨਹੀਂ ਨਹੀਂ ਦਵਾਈ ਮੈਂ ਠੀਕ ਦੂੰਗੀ ਇੱਥੇ ਮੈਂ ਦਵਾਈ ਮੈਂ ਠੀਕ ਦੂੰਗੀ ਇਹ ਦੇਖ ਸਾਹਿਬ ਤਾਂ ਲੱਗਦਾ ਜੇ ਤੁਸੀਂ ਡਾਕਟਰ ਬਣੇ ਜਾ ਤਾਂ ਅੱਧੇ ਮਰੀਜ਼ ਤਾਂ ਵੈਸੇ ਹੀ ਬਿਮਾਰ ਰਿਹਾ ਕਰਨਗੇ
ਪੈਸੇ ਦੀ ਗੱਲ ਤਾਂ ਨਹੀਂ ਸਕਦੀ, ਕਿੰਨੀਆਂ ਗੋਲੀਆਂ ਲੈਣੀਆਂ ਨੇ, ਸਵੇਰੇ ਲੈਣੀਆਂ, ਸ਼ਾਮ ਲੈਣੀਆਂ ਜੀ, ਦੁੱਧ ਨਾਲ ਲੈਣੀਆਂ, ਪਾਣੀ ਨਾਲ ਲੈਣੀਆਂ ਜੀ, ਉਹ ਤਾਂ ਦੱਸੋ ਨਾ ਫਿਰ ਪ੍ਰੋਪਰ ਜੀ। ਪਾਣੀ ਨਾਲ ਲੈਣੀ ਹੈ, ਗਰਮ ਪਾਣੀ ਨਾਲ ਦਵਾਈ ਲੈਣੀ ਹੈ, ਮਤਲਬ ਠੰਡਾ ਪਾਣੀ ਨਹੀਂ ਪੀਣਾ ਹੈਗਾ, ਇਸ ਚੀਜ਼ ਦਾ ਮਤਲਬ ਧਿਆਨ ਰੱਖਣਾ ਹੈ। ਦੇਓਗੇ ਜਦ ਲਿਆਉਂਗਾ ਜੀ। ਇਹ ਗੱਲ ਪੁਆਇੰਟ ਵਾਲੀ ਹੈ ਜੀ। ਕੋਈ ਬਾਤ ਨਹੀਂ, ਮੈਂ ਲਿਖ ਦਿੱਤੀ ਹੂੰ, ਆਪ ਕੈਮਿਸਟ ਕੀ ਸ਼ੌਪ ਸੇ ਲੈ ਲੈਣਾ। ਠੀਕ ਹੈ ਜੀ। ਥੋੜ੍ਹਾ ਥੋੜ੍ਹਾ ਡਾਕਟਰ ਨੇ ਆਇਆ ਜੀ, ਬਣ ਸਕਦੇ ਡਾਕਟਰ ਨਹੀਂ, ਕੋਈ ਵੱਡੀ ਗੱਲ ਨਹੀਂ ਹੈਗੀ ਜੀ, ਅਤੇ ਪਰ ਇੱਥੇ ਮੈਂ ਗੱਲ ਜ਼ਰੂਰ ਕਹੂੰਗਾ ਜੀ, ਜੇ ਸਪੋਜ਼ ਕਰੋ ਤਾਂ ਤੁਹਾਨੂੰ ਬੰਦਾ ਬਗਾਨਾ ਸੀਗਾ ਜੀ, ਪੈਸੇ 'ਚ ਪੈਸੇ ਕਿਹਨੇ ਲੈਤੇ ਤੁਸੀਂ? ਪੈਸੇ ਤਾਂ ਪੁੱਛ, ਸ਼ੇਵ ਕਰ ਦਿਓ ਜੀ, ਕਿਤਨਾ ਹੋ ਗਿਆ ਦੱਸੋ ਜੀ। 100 ਰੁਪੀਸ ਹੋ ਗਏ। ਇਹ ਤਾਂ ਬਾਹਲੀ ਸਸਤੀ ਡਾਕਟਰ ਨਹੀਂ ਆਉਂਦੀ, ਆਰਾਮ ਹੋਣਾ ਸੀ ਜੀ, 200 ਲੈ ਲਿਓ। ਇਹ ਵੀ ਗੱਲ ਠੀਕ ਹੈ ਜੀ, ਸਾਡਾ ਮਰੀਜ਼ ਬੰਦਾ ਅਮੀਰ ਆ ਥੋੜ੍ਹਾ ਜਿਹਾ, ਸਾਡੀ ਡਾਕਟਰੀ ਥੋੜ੍ਹੀ ਜਿਹੀ ਭਲੇ ਜੀ, ਮੈਮ ਆਪਦਿਆਂ ਕਰਕੇ ਪੈਸੇ ਘੱਟ ਲੈਂਦੇ ਤਾਂ ਗੱਲ ਕੀ ਹੈ ਜੀ, ਫਿਰ ਤਾਂ ਜ਼ਿਆਦਾਤਰ ਅਸੀਂ ਵੀ ਰੈਫਰੈਂਸ ਤੁਹਾਡੇ ਵੱਲ ਕਰਿਆ ਕਰਾਂਗੇ, ਕਿਉਂਕਿ ਪਤਾ ਆਰਾਮ ਤਾਂ ਕਿਸੇ ਨੂੰ ਆਉਣਾ ਨਹੀਂ ਜੀ। ਮਤਲਬ ਜ਼ਿਆਦਾਤਰ ਇੰਨੇ ਪੈਸੇ ਘੱਟ ਕੇ ਲਾਉਂਦੇ ਹੋ, ਕਿਉਂ ਸੋਚਿਆ ਵੀ ਤੁਸੀਂ ਦੇਖਿਆ ਵੀ ਹਾਂ ਪੈਸੇ ਡਾਕਟਰ ਬਹੁਤ ਵੱਧਦੇ ਜੀ? ਸਰ ਮੇਰਾ ਪੈਸੇ ਕਮਾਉਣਾ ਮੋਟਿਵ ਨਹੀਂ ਹੈਗਾ ਡਾਕਟਰ ਬਣ ਕੇ, ਕੀ ਹੈ ਕਿ ਜਿਹੜੇ ਜਿਵੇਂ ਲੋਕ ਹੁੰਦੇ ਨੇ ਜਿਹੜੇ ਮਤਲਬ ਜ਼ਿਆਦਾ ਪੈਸੇ ਨਹੀਂ ਦੇ ਸਕਦੇ ਹੈਗੇ, ਠੀਕ ਹੈ, ਉਹਨਾਂ ਦੀ ਮੇਨ ਮੇਰਾ ਮੋਟਿਵ ਹੈ ਕਿ ਉਹਨਾਂ ਦੀ ਹੈਲਪ ਕਰ ਸਕਾਂ ਮੈਂ ਡਾਕਟਰ ਬਣ ਕੇ, ਠੀਕ ਹੈ ਨਾ। ਜ਼ਰੂਰੀ ਨਹੀਂ ਕਿ ਆਪਾਂ ਕੋਈ ਪ੍ਰੋਫੈਸ਼ਨ ਅਡੋਪਟ ਕਰਦੇ ਹਾਂ ਜਾਂ ਕੁਛ ਬਣਦੇ ਹਾਂ, ਉਹ ਸਿਰਫ ਪੈਸੇ ਅਡੋਪਟ ਕਰਨ ਲਈ ਹੁੰਦਾ, ਠੀਕ ਹੈ। ਮੇਰੇ ਮੰਮਾ ਪਾਪਾ ਦਾ ਡ੍ਰੀਮ ਹੈ ਕਿ ਮੈਂ ਡਾਕਟਰ ਬਣਾ, ਅਤੇ ਜਿਹੜੇ ਲੋਕ ਜ਼ਿਆਦਾ ਮਹਿੰਗੇ ਮਹਿੰਗੇ ਹੋਸਪਿਟਲ ਅਫੋਰਡ ਨਹੀਂ ਕਰ ਸਕਦੇ ਜਾਂ ਆਪਣਾ ਇਲਾਜ ਨਹੀਂ ਕਰ ਸਕਦੇ, ਉਹਨਾਂ ਦੀ ਇਲਾਜ ਕਰ ਸਕਦੇ। ਬਹੁਤ ਸੋਹਣੀ ਸੋਚ ਹੈ, ਤਾੜੀਆਂ ਨਾਲ ਬੱਲੇ। ਨਾਮ ਕੀ ਹੈ ਜੀ? ਸਮਨਦੀਪ ਕੌਰ। ਸਮਨਦੀਪ ਕੌਰ ਜੀ, ਕਿਹੜੇ ਪਿੰਡ ਤੋਂ ਜੀ? ਅਲੀਪੁਰ ਤੋਂ। ਅਲੀਪੁਰ ਤੋਂ ਜੀ? ਹਾਂਜੀ। ਅਲੀਪੁਰ ਦੀ ਖਾਸ ਗੱਲ ਕੀ ਹੈ ਜੀ? ਬਹੁਤ ਸਾਰੀ ਖਾਸ ਗੱਲ, ਰੂੜੀਆਂ ਹੀ ਗਣਾ ਦੋ, ਹੋਰ ਨਹੀਂ ਜੀ। ਕੀ ਗੱਲ ਖਾਸ ਲੱਗਦੀ ਵੀ ਯਾਰ ਹਮਾਰੇ ਪਿੰਡ ਦੀ ਆਹ ਗੱਲ ਖਾਸ ਲੱਗਦੀ ਹੈ ਜੀ? ਬਸ ਬੁੜੀਆਂ ਦੀ ਮੈਨੂੰ ਤਾਂ ਗੱਲਾਂ ਜ਼ਿਆਦਾ, ਬੁੜੀਆਂ ਦੀ ਗੱਲਾਂ ਵਧੀ ਲੱਗਦੀ ਨੇ? ਨਹੀਂ ਯਾਦ ਹੈ ਸਰ, ਚੁਗਲੀਆਂ ਬੁੜੀਆਂ ਦੀ। ਅੱਛਾ, ਬੁੜੀਆਂ ਚੁਗਲੀਆਂ ਜੀ, ਕਿਉਂ ਤੁਹਾਡੇ ਪਿੰਡ ਬੁੜੀਆਂ ਜ਼ਿਆਦਾ ਚੁਗਲੀਆਂ ਕਰਦੇ ਨੇ ਜੀ? ਹਾਂਜੀ, ਇੱਕ ਦੂਜੇ ਦੇ ਸੂਟਾਂ ਦੇਖ ਕੇ ਸੜੀ ਜਾਂਦੀਆਂ। ਤੁਹਾਡੇ ਪਿੰਡ ਦੀਆਂ ਬੁੜੀਆਂ ਜੀ? ਹਾਂਜੀ। ਅੱਛਾ, ਤੁਹਾਡੇ ਪਿੰਡ ਦੀਆਂ ਬੁੜੀਆਂ ਸੂਟ ਦੇਖ ਦੇਖ ਕੇ ਇੱਕ ਦੂਜੇ ਤੋਂ ਸੜਦੀਆਂ ਨੇ ਜੀ? ਹਾਂਜੀ। ਕਿਵੇਂ ਤੁਹਾਡੇ ਪਿੰਡ 'ਚ ਮਤਲਬ ਸੂਟ ਕਿੱਦਾਂ ਦੇ ਪਾਉਂਦੇ ਨੇ ਬੁੜੀਆਂ, ਵੀ ਜਿਹੜੇ ਇੱਕ ਦੂਜੇ ਨੂੰ ਜ਼ਿਆਦਾ ਚੱਕਵੇਂ ਪਾਉਂਦੇ ਨੇ, ਗੱਲ ਕੀ ਹੈ ਜੀ? ਹਾਂਜੀ, ਇੱਦਾਂ ਚੱਕਵੇਂ 'ਚ ਪਾਉਂਦੀਆਂ ਵੀ ਇੱਕ ਦੂਜੇ ਨਾਲ ਮੈਚਿੰਗ ਕਰਕੇ, ਜਦੋਂ ਪਿੰਡ 'ਚ ਕੋਈ ਪ੍ਰੋਗਰਾਮ ਹੁੰਦਾ ਨਾ ਵੀ ਆਪਾਂ ਇਹ ਸੂਟ ਪਾ ਕੇ ਜਾਵਾਂਗੇ, ਆਪਾਂ ਇਹ ਸੂਟ ਪਾ ਕੇ ਜਾਵਾਂਗੇ, ਤਾਂ ਹੀ ਉੱਧਰ ਫਿਰ ਜਦੋਂ ਸੂਟ ਵਾਲਾ ਆਉਂਦਾ ਲੜ ਲੜ ਕੇ ਰੇਟ ਘੱਟ ਘਟਾਉਂਦੀਆਂ। ਤੁਹਾਡੇ ਪਿੰਡ ਦੀਆਂ ਬੁੜੀਆਂ ਜੀ? ਹਾਂਜੀ। ਤੁਹਾਡਾ ਤਾਂ ਲੇਖ ਲੈਣ ਬੱਚੇ ਬੋਲਿਆ ਕਰਨ ਤੁਹਾਡੇ ਪਿੰਡ ਦੀਆਂ ਬੁੜੀਆਂ ਜੀ, ਠੀਕ ਹੈ ਜੀ। ਅਤੇ ਜਦੋਂ ਮੰਨ ਕੇ ਚੱਲੋ ਕੋਈ ਕੋਈ ਪਿੰਡ 'ਚ ਕੋਈ ਦੁਖੀ ਮਾਹੌਲ ਹੋਵੇ, ਕੋਈ ਸਾਧਮੇ ਵਾਲਾ ਮਾਹੌਲ ਹੋਵੇ ਜੀ, ਤੁਹਾਡੇ ਪਿੰਡ ਦੀਆਂ ਬੁੜੀਆਂ ਫਿਰ ਉਦੋਂ ਵੀ ਇਹੀ ਕਰਦੇ ਹੁੰਦੇ ਨੇ ਜੀ? ਨਹੀਂ, ਉਸ ਟਾਈਮ ਤਾਂ ਉਹ ਬੁੜੀ ਇੰਨਾ ਸੋਹਣਾ ਸੂਟ ਪਾ ਕੇ ਸੀ, ਇਦਾਂ ਸੀ ਉਹ। ਅੱਛਾ, ਮਰਨ ਦੇ ਟਾਈਮ ਵੀ ਇਹੋ ਜਿਹੀ ਗੱਲਾਂ ਕਰਦੀਆਂ ਨੇ? ਹਾਂਜੀ, ਬਹੁਤ। ਜੇ ਉੱਥੇ ਬੈਠੇ ਨੇ ਉੱਥੇ ਚਲੋ ਕਿਸੇ ਦਾ ਕੋਈ ਡੈਥ ਹੋਈ ਹੈ, ਦੁੱਖ ਦਾ ਟਾਈਮ ਹੈ ਜੀ, ਕੀ ਕਰਦੇ ਨੇ ਮੰਨ ਕੇ ਚਲੋ ਵੀ ਰੋਂਦੇ ਨੇ ਬਰਾਬਰ ਜਾਂ ਗੱਲਾਂ ਕਿਵੇਂ ਕਿਵੇਂ ਨੇ ਕਰਦੇ ਨੇ ਫਿਰ ਉੱਥੇ? ਬਸ ਰੋ ਕੇ ਥੋੜੀ ਬਹੁਤ ਗੱਲਾਂ ਜਿਹੀਆਂ ਕਰ ਲੈਣਗੀਆਂ, ਉਹ ਇਦਾਂ ਇਹ ਨਹੀਂ ਆਣੀ ਉਹ ਨਹੀਂ। ਹਾਂਜੀ। ਕਦੇ ਐ ਹੋਇਆ ਵੀ ਤੁਸੀਂ ਵੀ ਨਾਲ ਬੈਠ ਕੇ ਸ਼ਾਮਲ ਕੀ ਅਗਰ ਚੁਗਲੀਆਂ ਕੀਤੀਆਂ ਹੁਣ ਪੂਰੀਆਂ ਦੱਬ ਗਈਆਂ ਜੀ? ਨਾ ਜੀ, ਜਦੋਂ ਮੇਰੇ ਦਾਦੂ ਦੀ ਡੈਥ ਹੋਈ ਸੀ ਉਦੋਂ ਤਾਂ ਨਹੀਂ ਚੁਗਲੀਆਂ ਕੀਤੀਆਂ, ਬਾਕੀ ਬਾਅਦ ਚੋਂ ਪਤਾ ਨਹੀਂ ਮੈਨੂੰ ਪਿੱਛੇ ਕੀ ਹੋਇਆ ਹੋਊਗਾ। ਨਹੀਂ, ਪਿੱਠ ਪਿੱਛ ਕਰਕੇ ਗਈ ਸੀ ਚੁਗਲੀਆਂ? ਹਾਂਜੀ। ਤੁਹਾਡੇ ਸਾਹਮਣੇ ਨਹੀਂ ਕਰਦੇ ਚੁਗਲੀਆਂ ਜੀ? ਹਾਂਜੀ। ਤੁਹਾਡੇ ਪਿੰਡ ਦੀਆਂ ਬੁੜੀਆਂ ਜੀ? ਹਾਂਜੀ। ਇਹ ਇਹ ਕਵਿਤਾ ਜੋੜਾਂਗਾ ਨਾ ਪ੍ਰੋਪਰ ਜੀ, ਕਵਿਤਾ ਜੀ, ਕਵਿਤਾ। ਅਤੇ ਪਿੰਡ ਦੇ ਵਿੱਚ ਸਰਪੰਚ ਹੈਗੇ ਜੀ? ਹਾਂਜੀ। ਕੀ ਨਾਮ ਕਿ ਸਰਪੰਚ ਸਾਹਿਬ ਦਾ ਜੀ? ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਸਰ। ਅੱਛਾ, ਤੁਹਾਡੇ ਪਿੰਡ ਦੀਆਂ? ਬਸ ਉਹਨਾਂ ਦਾ ਕੱਚਾ ਨੇਮ ਪਤਾ। ਕੀ ਕੱਚਾ ਨਾਮ ਹੈ ਜੀ? ਜਰਨੈਲ ਸਿੰਘ। ਜਰਨੈਲ ਸਿੰਘ ਕੱਚਾ ਨਾਮ ਹੈ ਜੀ?
ਇੰਨੇ ਸੂਟ ਲੈਂਦੀਆਂ ਨਾ, ਪਹਿਲੇ ਸੂਟ ਤਾਂ ਪੇਟੀ ਚ ਜਮਾ ਹੀ ਰੱਖਦੀਆਂ। ਅੱਛਾ ਹਾਂਜੀ, ਬਾਕੀ ਸੂਟ? ਬਾਕੀ ਸੂਟ ਨਵੇਂ ਲੈ ਲੈ ਕੇ ਰੱਖੇ ਜਾਣਗੇ ਥੋੜੇ ਪਿੰਡ ਦੀਆਂ ਬੁੜੀਆਂ ਦੀ। ਹਾਂਜੀ, ਬਜਟ ਸਮਾਈ ਦੇਣ ਵੇਲੇ ਰੋਣ ਲੱਗ ਜਾਂਦੀਆਂ। ਇਹ ਇਹ ਸੱਚੀ ਬੁੜੀਆਂ ਨੂੰ ਆਦਤ ਹੁੰਦੀ ਹੈ ਨਾ ਜੀ, ਵੀ ਜਿਵੇਂ ਕੋਈ ਚੀਜ਼ 800 ਰੁਪਏ ਦੀ ਦੁਕਾਨਦਾਰ ਨੇ ਕਹਿਤੀ ਉਹਨੂੰ ਘਟਾਉਂਗੀਆਂ ਜੀ, ਵੀ ਇੰਨੇ ਲੈ ਭਈ ਇੰਨੇ ਲੈ। ਹਾਂਜੀ, ਕਰਦੇ ਆ ਥੋੜੇ ਪਿੰਡ ਦੀ ਬੁੜੀਆਂ ਜੀ? ਹਾਂਜੀ, ਪਿੰਡ 'ਚ ਆਉਂਦੇ ਆ ਇੱਕ, ਇੱਥੋਂ ਪਟਿਆਲੇ ਤੋਂ ਆਉਂਦੇ ਆ ਖਾਨ ਅੰਕਲ, ਤੇ ਉਹਨਾਂ ਤੋਂ ਲੜ ਲੜ ਕੇ ਰੇਟ ਘੱਟ ਘਟਾਉਂਦੀਆਂ। ਗਲਤ ਗੱਲ ਹੈ। ਹਾਂਜੀ, ਗਲਤ ਗੱਲ ਹੈ ਜੀ। ਹਾਂ, ਬਹੁਤ ਗਲਤ ਗੱਲ ਹੈ। ਠੀਕ ਹੈ ਜੀ, ਕੱਪੜਿਆਂ ਤੋਂ ਦੇਖ ਕੇ ਬਹੁਤ ਸੜਦੀਆਂ, ਇੱਕ ਲਿਪਸਟਿਕ ਤੋਂ ਦੇਖ ਕੇ ਬਹੁਤ ਸੜਦੀਆਂ। ਅਸਲੇ ਦੱਸਿਆ ਨਹੀਂ ਤਾਂ ਵੀ ਤਾਰੀਫ ਹੀ ਕਰੀ ਜਾਂਦੀ ਹੈ ਵੀ ਕਿਸੇ ਤਰੀਕੇ ਨਾਲ ਲਿਪਸਟਿਕ ਤੇ ਮੇਰੀ ਤਾਰੀਫ ਹੋਈ ਨਹੀਂ ਹਜੇ ਤੱਕ। ਨਹੀਂ ਸਰ, ਬਹੁਤ ਸੜਦੀਆਂ। ਕਹਿੰਦੀ ਕਹਿੰਦੇ ਤਾਈ ਜੀ ਕਹਿੰਦੇ ਮੈਂ ਵੀਰੇ ਨੂੰ ਦੱਸੂਗੀ ਦੂਰ ਲਿਪਸਟਿਕ ਲੱਗ ਜਾਣੀ ਆ ਉਹ। ਮੈਂ ਕਿਹਾ ਦੱਸੀ ਜਾਇਓ। ਮਤਲਬ ਤੁਸੀਂ ਲਿਪਸਟਿਕ ਲਾਉਣਾ ਚਾਹੁੰਦੇ ਹੋ ਜੀ? ਹਾਂਜੀ। ਤੁਹਾਡੇ ਪਿੰਡ ਦੇ ਬੁੜੇ ਚੋਂ ਵੀ ਇਹ ਨਾ ਲਾਵੀ ਜੀ। ਥੋੜੀ ਲਿਪਸਟਿਕ ਚਾਹੇ ਜਾ ਕੀ ਖਾਸ ਹੈ ਜੀ? ਉਹਨਾਂ ਨੂੰ ਲੱਗਦਾ ਕਿ ਆਪਕੀ ਲਿਪਸਟਿਕ ਮੇਂ ਨਮਕ ਹੈ। ਕਹਿੰਦੇ ਹੁੰਦਾ ਨਹੀਂ ਵੀ ਯਾਰ ਮੈਂ ਜਿਹੜੀ ਚੀਜ਼ ਵਰਤਦੀ ਹਾਂ ਵੀ ਜ਼ਿਆਦਾ ਥੋੜੀ ਲਿਪਸਟਿਕ ਖਾਸ ਹੈ ਜੀ, ਜਾਂ ਫਿਰ ਪਿੰਡ ਦੇ ਬੁੜੀਆਂ ਤੁਹਾਡੇ ਤੇ ਲੱਗਦੀਆਂ ਨੇ ਜੀ? ਲੱਗਦੀਆਂ ਮੇਰੇ ਤੇ। ਥੋੜੇ ਪਿੰਡ ਦੀਆਂ ਬੁੜੀਆਂ ਤੁਹਾਡੇ ਤੇ ਲੱਗਦੀਆਂ ਨੇ ਜੀ? ਹਾਂਜੀ, ਜਿਹੜੀ ਮੇਨ ਗੱਲ ਹੈ ਜੀ। ਹਾਂਜੀ, ਸ਼ੁਰੂ ਦੀ ਲੱਗਦੀ ਨੇ ਜਾਂ ਬਾਅਦ ਚੋਂ ਲੱਗਣ ਲੱਗੀਆਂ ਜਦੋਂ ਲਿਪਸਟਿਕ ਲਾਉਣੀ ਸਟਾਰਟ ਕੀਤੀ? ਸ਼ੁਰੂ ਤੋਂ ਹੀ ਲੱਗਦੀਆਂ, ਛੋਟੇ ਹੁੰਦੇ ਤੋਂ ਹੀ ਲੱਗਦੀਆਂ। ਅੱਛਾ ਜੀ। ਹਾਂਜੀ, ਛੋਟੇ ਹੁੰਦੇ ਤੋਂ ਕਿਉਂ ਲੱਗਦੇ ਨੇ ਵੀ? ਜਦੋਂ ਜੰਮੇ ਸੀਗੇ ਤੁਸੀਂ ਜਦ ਰੋਏ ਨਹੀਂ ਹੋਣੇ ਜੀ, ਹੈ ਨਾ? ਕੱਲ ਕੀ ਬਣੀ ਸੀ ਜੀ ਤੁਹਾਡੇ ਪਿੰਡ ਦੀਆਂ ਬੁੜੀਆਂ ਜੀ? ਨਹੀਂ, ਜਦੋਂ ਤੁਹਾਡਾ ਜਨਮ ਹੋਇਆ ਜੀ ਤੁਹਾਨੂੰ ਪਤਾ ਕਦੋਂ ਲੱਗਣ ਲੱਗਿਆ ਵੀ ਸਾਡੇ ਪਿੰਡ ਦੀਆਂ ਬੁੜੀਆਂ ਮੇਰੇ ਤੇ ਲੱਗਦੀਆਂ ਨੇ? ਥੋੜੇ ਟਾਈਮ ਤੇ ਸਰ ਪਤਾ ਲੱਗਣ ਲੱਗਾ। ਛੋਟੇ ਹੁੰਦੇ ਤੁਸੀਂ ਜਿਹਦੇ ਜੰਮੇ ਸੀ ਉਹਦੀ ਪਤਾ ਲੱਗ ਗਿਆ? ਨਹੀਂ ਨਹੀਂ ਨਹੀਂ, ਅਜੇ ਜੰਮਣ ਤੋਂ ਦੂਸਰੇ ਦਿਨ ਬਾਅਦ ਪਤਾ ਲੱਗਿਆ ਤੁਹਾਨੂੰ ਜੀ? ਨਹੀਂ ਸਰ। ਹਾਂ, ਜਦੋਂ ਮਤਲਬ 15-16 ਸਾਲ ਦੇ ਹੋਗੇ ਉਦੋਂ ਕਦੋਂ ਪਤਾ ਲੱਗਣ ਲੱਗਾ? ਅੱਛਾ, ਤੁਹਾਨੂੰ 15ਵੇਂ ਸਾਲ ਜਾ ਕੇ ਪਤਾ ਲੱਗਿਆ ਵੀ ਸਾਡੇ ਪਿੰਡ ਦੀਆਂ ਬੁੜੀਆਂ ਸਾਡੇ ਤੇ ਮੇਰੇ ਤੇ ਲੱਗਦੀਆਂ? ਲੱਗਦੀਆਂ ਨੇ ਜੀ। ਉਹਨਾਂ ਨੂੰ ਪਸੰਦ ਨਹੀਂ ਹੈਗੇ ਨਾ, ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਫੈਸ਼ਨ ਕੀ ਹੁੰਦਾ ਨਾ। ਤੁਸੀਂ ਆ ਕੇ ਫਿਰ ਦੱਸਿਆ ਵੀ ਫੈਸ਼ਨ ਹੁੰਦਾ ਕੀ ਹੈ, ਹੈ ਨਾ ਜੀ? ਜਦੋਂ ਤੁਸੀਂ ਫੈਸ਼ਨ ਆਪਣੇ ਪਿੰਡ ਵਿੱਚ ਲਿਆਤਾ ਜੀ, ਮਤਲਬ 2017-15 ਸਾਲ ਜਾ ਕੇ ਮਤਲਬ ਸ਼ੁਰੂਆਤ ਹੋਈ ਹੈ ਨਾ ਜੀ? ਠੀਕ ਹੈ, ਜਦੋਂ ਤੁਹਾਡੇ ਪਿੰਡ ਫੈਸ਼ਨ ਦੀ ਸ਼ੁਰੂਆਤ ਹੋਈ ਜੀ, ਉਹ ਤੁਸੀਂ 15 ਸਾਲ ਦੇ ਸੀ ਜੀ, ਲੋਕਾਂ ਨੇ ਦੇਖ ਕੇ ਕਿਵੇਂ ਲੱਗਿਆ ਵੀ ਯਾਰ ਇਹ ਕੀ ਚੀਜ਼ ਹੈ, ਇਹ ਕਿਉਂ ਕਰ ਰਹੀ ਹੈ? ਜੇ ਤੁਸੀਂ ਪਹਿਲੇ ਦਿਨ ਲਿਪਸਟਿਕ ਲਾਈ ਉਹ ਡਰ ਹੀ ਦੇਖ ਕੇ ਵੀ ਆਹ ਕੀ, ਇਹਦਾ ਖੂਨ ਪੀਣੀ ਲੱਗਦੀ ਹੈ ਸਾਨੂੰ, ਹੈ ਜੀ? ਉਹਨਾਂ ਨੂੰ ਪਤਾ ਹੀ ਹੈ ਮੈਂ ਲੜਾਕੀ ਹਾਂ। ਅੱਛਾ, ਤੁਹਾਡੇ ਪਿੰਡ ਵਾਲਿਆਂ ਨੂੰ, ਤੁਹਾਡੇ ਪਿੰਡ ਵਾਲੀ ਬੁੜੀ ਨੂੰ ਪਤਾ ਵੀ ਤੁਸੀਂ ਲੜਾਕੀ ਹਾਂ? ਤੁਹਾਡੇ ਚਾਚੇ ਨੇ ਲਿਪਸਟਿਕ ਲਾਉਂਦੀ ਨਹੀਂ ਜੀ? ਬਹੁਤ ਲਾਉਂਦੀਆਂ। ਫਿਰ ਤੁਹਾਡੀ ਲਿਪਸਟਿਕ ਚਾਹੇ ਜੀ ਕੀ ਖਾਸ ਹੈ ਜੀ? ਉਹ ਕਹਿੰਦੇ ਵੀ ਕੁਆਰੀ ਕੁੜੀਆਂ ਨਹੀਂ ਲਾ ਸਕਦੀਆਂ ਲਿਪਸਟਿਕ। ਤੁਸੀਂ ਕਿੱਥੋਂ ਆਏ ਜੀ? ਬੰਬੇ ਸਰ। ਅੱਛਾ, ਬੰਬੇ ਤੋਂ ਆਏ ਜੀ, ਫਿਰ ਤਾਂ ਤਕੜੇ। ਇੱਥੇ ਇੱਥੇ ਬਾਹਰ ਆ ਸਕਦੇ ਇੱਥੇ ਦੀ ਥੋੜਾ ਜਿਹਾ? ਨਾਮ ਕਿਆ ਹੈ ਜੀ ਆਪਕਾ? ਸਨੇਹਾ। ਸਨੇਹਾ, ਸਨੇਹਾ ਬੰਬੇ ਸੇ ਯਹਾਂ ਪਰ ਕਿਉਂ ਆਏ ਜੀ? ਆਈਲਸ ਕੀ ਪ੍ਰੀਪਰੇਸ਼ਨ ਕੀ? ਬੰਬੇ ਮੇ ਨਹੀਂ ਹੋਤੀ ਕਿਆ? ਹੋਤੀ ਹੈ ਬਟ ਉਤਨਾ ਨਹੀਂ ਹੈ, ਪੂਰਾ ਦਿਨ ਵਗੈਰਾ ਨਹੀਂ ਰਹਤਾ, ਜਸਟ ਫੋਰ 1 ਆਰ। ਕਿਆ ਜਹਾਂ ਪਰ ਆਏ ਕੈਸੇ ਲਗੇ ਪੰਜਾਬੀ?
बढ़िया। छाती तो मैं भूल गई जी, बस समझ लो छाती फूल जाती है जी। नहीं तो पंजाबी आती है। हैं आउंदी पंजाबी? मैं वही जोर लगा इने मेरा क्या पता मैं कितना डिफिकल्ट होके वर्ड बोलता हूं जी। तो हिंदी में बात करो। हिंदी भी बात करो। कोई चलो कोई नहीं, मैं एडजस्टमेंट करते हैं। ते कोई पंजाब की खास कोई पंजाब की खास बात क्या लगती है जी? पंजाब की खास बात कल्चर है जी। कल्चर कल्चर मैं तुसी सुनो वधिया लाग लेड़ा पंजाब दा कल्चर है जी, है ना। ते जेड़े बॉम्बे की खास बात? बॉम्बे की, बॉम्बे की, हां बॉम्बे तो खास ही है पूरा साडा माड़ा है। आप फड़ाई को चाके बड़ा जा खून खौल जाना मेरा, सुन दसा मैं कभी आपका खून खौला है? पता है पंजाबियों का ज्यादा खौलता है। हां देखा भी है पंजाबी ने खून खौलता जी। चलो ये चीज तुसी मानते जी, आपका खून कम खौलता है जी। कदे गुस्से वाला मूड हुआ है? गुस्से वाला नहीं, कभी नहीं हुआ जी। ते शौक क्या क्या रखते हो? ऐसा कुछ नहीं है शौक, एवरीथिंग ऑल राउंडर ठीक है। कोई चीज सोची हो मन दे विच? हिंदी। क्यों कोई चीज सोची होए मन में? कोई चीज सोची होए? खुद का बिजनेस सेटअप करना। अच्छा खुद का बिजनेस सेटअप करना जी। कोई सुना हो भी अपने को पंजाबी गाना सुना भी, और मैं इसके गाने सुनती हूं या इसके गाने सुने हैं थोड़े बहुत? सिद्धू मूसे वाले के सुनते थे हम लोग, बिकॉज़ बहुत ट्रेंड है बॉम्बे में भी उनका। सो ही इज द लेजेंड। मतलब बॉम्बे तक साडा छोटा बोल रहा है जी। डन? नहीं नहीं डन क्यों जी, ओ इंटरव्यू एम्प्टी खाली है जी, अब तो इंटरव्यू तो भरेगा जी और भरेगा जी। ते ਸਿੱਧੂ ਮੂਸੇਵਾਲਾ ਥੋੜੇ ਬੰਬੇ ਤੱਕ ਗੂੰਜਦਾ ਹੈ ਜੀ, ਇਹ ਤੁਸੀਂ ਗੱਲ ਮੰਨਦੇ ਹੋ ਜੀ? ਠੀਕ ਹੈ ਜੀ। ਕੋਈ ਹਿੰਦੀ ਗਾਣਾ? ਹਿੰਦੀ ਹਾਂ, ਹਿੰਦੀ ਤੋਂ ਨਹੀਂ ਐਸਾ ਕੁਛ, ਇਤਨਾ ਇਹ ਟਾਈਪ ਮੇਂ ਇੰਟਰਸਟ ਨਹੀਂ ਹੈ। ਗਾਣੇ ਵੀ ਨਹੀਂ ਇੰਟਰਸਟ। ਕਿਸ ਚੀਜ਼ ਮੇਂ ਆਪਕਾ ਜ਼ਿਆਦਾ ਇੰਟਰਸਟ ਹੈ? ਮੈਂ ਜੌਬ ਕਰਤੇ ਹੋ, ਆਮ ਅ ਸਕਿਨ ਥੈਰੇਪਿਸਟ, ਤੋ ਟ੍ਰੀਟਮੈਂਟਸ ਵਗੈਰਾ ਰਹਤੇ ਉਸਕੇ ਥਰੂ ਜ਼ਿਆਦਾ ਹੀ ਹੈ। ਮਤਲਬ ਚਮੜੀ ਦੇ ਡਾਕਟਰ ਹੋ ਜੀ ਤੁਸੀਂ? ਹਾਂਜੀ। ਹੈ ਨਾ ਜੀ। ਕਿੱਦਾਂ ਦੇ ਮਰੀਜ਼ ਤੁਹਾਡੇ ਕੋਲੇ ਆਉਂਦੇ ਹੁੰਦੇ ਜੀ? ਮੰਨ ਕੇ ਚੱਲੋ ਵੀ ਹਿੰਦੀ ਗਲਤ ਬਾਬ ਹੈ ਗੁਰੀ ਸਿੰਘ। ਕੈਸੇ ਕੈਸੇ ਮਰੀਜ਼ ਆਪਕੇ ਪਾਸ ਆਤੇ ਰਹਤੇ ਹੈ ਜੀ? ਡਿਪੈਂਡ, ਕਿਸੇ ਕੋ ਗੋਰਾ ਹੋਣਾ ਹੋਤਾ ਹੈ, ਸਕਾਰਸ ਟ੍ਰੀਟਮੈਂਟ ਰਹਤਾ ਹੈ, ਰਿੰਕਲਸ। ਕਦੇ ਐ ਕਦੇ ਇਦਾਂ ਦਾ ਸੀ ਹੋ ਵੀ ਤੁਹਾਡੇ ਕੋਲ ਪਿਓਰ ਬੰਦਾ, ਪਿਓਰ ਕਾਲਾ ਬੰਦਾ ਆਇਆ ਹੋਵੇ ਜੀ, ਤੁਸੀਂ ਉਹਨੂੰ ਪੂਰਾ ਚਮਕਾ, ਪਿਓਰ ਕਾਲਾ ਬੰਦਾ? ਪੂਰਾ ਚਮਕਾ ਨਹੀਂ, ਬਟ ਥੋੜਾ ਸਾ ਤਾਂ ਐਫਰਟਸ ਆਇਆ, ਮਤਲਬ 40% ਰਿਜ਼ਲਟ ਰਹਤਾ ਹੈ। ਡਿਪੈਂਡ ਬਟ ਮਤਲਬ ਕਦੇ ਐਸਾ ਹੋਇਆ ਵੀ ਆਪਨੇ ਆਪਕੇ ਪਾਸ ਕੋਈ ਲੜਕੀ ਆਈ ਹੋ ਜੀ, ਦੇਖ ਰਹੇ ਮੈਂ ਪੂਰੀ ਬਲੈਕ ਬਲੈਕ, ਦੈਨ ਯੂ ਥੈਰੇਪਿਸਟ ਉਹ ਕੀ ਹੁੰਦਾ ਹੈ ਮਤਲਬ ਟ੍ਰੀਟਮੈਂਟ, ਯੂ ਟ੍ਰੀਟਮੈਂਟ ਸਟਾਰਟ? ਹਾਂ ਤਾਂ ਹਮ ਲੋਗ ਉਸਕੇ ਲਿਏ ਰਹਤੇ ਹੈ, ਹਾਂ ਕਰਤੇ ਹੈ ਟ੍ਰੀਟਮੈਂਟ। ਬਲ ਦੈਨ ਪੂਰੀ ਪਛਾਣ ਮੇ ਆ ਗਈ ਥੀ ਵੀ ਯਹੀ ਥੀ ਵੋ। ਕਭੀ ਕਭੀ ਹੋਤਾ ਹੈ ਕਿ ਜੋ ਪਹਿਲੇ ਆਤੇ ਔਰ ਬਾਅਦ ਮੇ ਜੋ ਟ੍ਰੀਟਮੈਂਟ ਕਰਵਾਨੇ ਕੇ ਬਾਅਦ ਪਹਿਚਾਨ ਮੇ ਨਹੀਂ ਆਤੇ। ਟੋਟਲੀ ਡਿਫਰੈਂਟ। ਸੋ ਮਿੱਤਰੋ ਜਿਹੜਾ ਗੁੰਮਰਾਹ ਕਰਨ ਦਾ ਕੰਮ ਹੈ ਉਹ ਇਹ ਲੋਕ ਕਰਦੇ ਨੇ, ਤੇ ਕਈ ਵਾਰੀ ਮਤਲਬ ਪੂਰਾ ਚਮੜੀ ਕੋ ਸਾਫ ਕਰ ਦਿੱਤੇ ਹੈ ਜੀ। ਪੂਰਾ ਨਹੀਂ ਬਟ ਆਤੇ ਹੈ ਰਿਜ਼ਲਟ, ਅੱਛਾ ਰਿਜ਼ਲਟ ਰਹਤਾ ਹੈ। ਇੱਕ ਤੋਂ ਕਰੀਮੋ ਕੇ ਸਾਥ ਕਰਤੇ ਹੋ ਜੀ? ਹਮ ਲੋਗ ਟ੍ਰੀਟਮੈਂਟ ਕਰਾਤੇ ਹੈ। ਟ੍ਰੀਟਮੈਂਟ ਕੋਈ ਚਾਮਾ ਵਰਤਦੇ ਹੋ? ਚਾਮਾ ਉਹ ਕੀ ਹੁੰਦਾ ਹੈ? ਚਾਮਾ ਹਾਂ ਪੋਲਿਸ਼ਿੰਗ ਕਰਤਾ ਹੈ। ਪੋਲਿਸ਼ ਤਾਂ ਬੂਟਾਂ ਦੀ ਕਰਦੇ ਪਰ ਨਹੀਂ, ਸਕਿਨ ਪੋਲਿਸ਼ਿੰਗ ਉਹ ਕਰਤੇ ਹੈ ਜੀ ਆਪ। ਹਾਂਜੀ ਮਤਲਬ ਫਸਟ ਸੇ ਸਟਾਰਟ ਕੈਸੇ ਕਰਤੇ ਹੈ? ਫਸਟ ਪਹਿਲੇ ਕੰਸਲਟੇਸ਼ਨ ਕਰਵਾਉਣਾ ਪੜਤਾ ਹੈ, ਉਸਕੇ ਬਾਅਦ ਕੰਸਲਟੇਸ਼ਨ ਮੇ
क्या उनकी तकलीफ, क्या उनको चाहिए, क्या क्या रिजल्ट चाहिए, तो उनको पूछते हैं कि क्या क्या चेंजेस चाहिए. उसके बाद फिर ट्रीटमेंट सजेस्ट करते हैं, इफ दे आर रेडी फॉर डू ट्रीटमेंट देन हम लोग ट्रीटमेंट कराते हैं उनका. करिए जब मान के चलो आपके पास बंदा आ गया जी, उसने कहा भी मुझे 100% गोरा होना है जी, 100% सबका 100% रिजल्ट नहीं रहता, अप टू 60-70% रिजल्ट रहता, मतलब 70% उसी भर के बाद पेशेंस, हां पेशेंस लगते हैं बहुत, ये ऐसे नहीं ऐसे करने के बाद चमकाते, एक साल लग जाता है, दो साल लग जाता है. अच्छा, दो साल चिट्ठा कर दूं जी? हां फिर ये थोड़ी जादू है कि जादू से फटाक से हो जाए. मतलब जी एक साल बंदे ने तो उसी वो कर दूं जी, ट्रीटमेंट डिफरेंट डिफरेंट ट्रीटमेंट्स रहते हैं, एक ही ट्रीटमेंट नहीं रहते. मतलब बार बार कदे चमड़ी ते चा माला था जी है. मेरा एक फ्रेंड है जी, वो प्योर काला है जी. कुछ नहीं कर सकते फिर वही बिल तो देखो थोड़े काम हाँ, नहीं बट एकदम मैं ऐसे नहीं बोल सकती कि उनको मैं फटाक से गोरा कर दूंगी, थोड़ा सा स्किन एक दो जो रहते हैं शेड्स लाइट हो जाते हैं. मैं समझा दूं जी, जेड़ा मेरा फ्रेंड है जी, उसको मतलब जो रिश्ते वाले देखने के लिए आते हैं ना, तो उसको कहकर जाते भी यार तू तो प्रॉपर तवे जैसा है, फाउंडेशन लगा है, फाउंडेशन हाँ, मतलब उसने गारंटी दी भी जितना पैसा लगेगा मैं पैसा लाऊंगा, मुझको चिट्टा करके दिखाओ जी, बॉम्बे भेजो, बॉम्बे आपके पास भेजो. कितने टाइम दी गारंटी लेने की साडा बंदा फिर काला हो जी? जी फिर काला करना है या गोरा करना है? नहीं नहीं कितने तुसी क्रीमा ला के तोड़ता जी साडा पिंड उदन बेचारा, तू इदा करके दोबारा फिर हो जी हो गया जी. टाइम लगता है ट्रीटमेंट्स के लिए, टाइम लगता है. देखो जी ऐसी नु ब्याह तो पहला थोड़े को तोड़ दंगे, कोई बड़ी गलत नहीं है जी, ठीक है जी, पर तुसी सानू गारंटी दो भी भाई इन्ने टाइम च थोड़ा बंदा चमका के मारांगे. एक दो साल तो लगते बोला ना आपको, उधर मुड़ के तो रिश्ता नहीं होना भी मोटा पगी बट फटाक से नहीं होते, थोड़ा सा 50-60-70% रिजल्ट आता है, पूरा नहीं कर सकते, ये तो भगवान के हाथ में, फिर जितने एफर्ट से उतने डाल सकते हैं. चलो बात तो एफर्ट डाके तुसी ये तो चीज तुसी मानते हो भी हां तुसी चिट्टा कर दोगे उन्हें जी? हां जी. क्या बात कर रहे, समझ नहीं आ रहा. आप अपनी अपनी तरफ से पूरे एफर्ट डालकर उसको 60% चिट्ठा कर दोगे जी? जो मैं बोलूंगा आपने मेरे साथ पीछे पीछे रिपीट करना है भी, ठीक है? बे बोलिया बोलिया ऐसे नहीं, मैं पीछे पीछे रिपीट करूं. बे बोलिया बे बोलिया हाँ नहीं नहीं पर के जी बे बोलिया बे बोल नहीं नहीं नेक्स्ट नेक्स्ट वाला वर्ड. अच्छा चलो कोई नहीं, पहले एक रीनू बोल दो फिर अपन नेक्स्ट चलते हैं. बे बोलिया बे बोलिया तू डरना डरना तेरे तवे वर्गे रंग दा तेरे तवे वर्गे रंग दा साडे कोल इलाज हैगा ਸਾਡੇ ਕੋਲ ਇਲਾਜ ਹੈ ਗਿਆ ਹਾਂ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵਿਆਹ ਤੋਂ ਪਹਿਲਾਂ ਤੂੰ ਵਿਆਹ ਤੋਂ ਪਹਿਲਾਂ ਕਿ ਵਿਆਹ ਤੋਂ ਪਹਿਲਾਂ ਤੋਂ ਵਿਆਹ ਤੋਂ ਪਹਿਲਾਂ ਹਾਂ ਤੈਨੂੰ ਚਿੱਠਾ ਕਰ ਦੇਣਾ ਹੈ ਤੈਨੂੰ ਚਿੱਠਾ ਕਰ ਦੇਣਾ ਹੈ ਪਰ ਇੱਕ ਸ਼ਰਤ ਹੈ ਇੱਕ ਸ਼ਰਤ ਹੈ ਪੂਰੇ ਫੀਲ ਨਾਲ ਜੀ ਇੱਕ ਸ਼ਰਤ ਹੈ ਇੱਕ ਸ਼ਰਤ ਹੈ ਹਾਂ ਵੀ ਬੋਲਿਆ ਕੀ ਬੋਲਿਆ ਰੁਪਈਆ ਪੂਰਾ 10,000 ਲੱਗਣਾ ਹੈ ਬਸ ਇੰਨੀ ਲੱਗਦਾ ਕਿ ਰੁਪਈਆ ਪੂਰਾ 10,000 ਲੱਗਣਾ ਹੈ 10,000 ਨਹੀਂ ਲੱਗਦਾ ਜ਼ਿਆਦਾ ਲੱਗਦਾ ਹੈ ਹੁਣ ਫਿਰ ਤੁਸੀਂ ਕੋਬੇ ਭੁੱਲਿਆ ਹਾਂ ਪੈਸੇ ਜ਼ਿਆਦਾ ਲੱਗ ਜਾਣੇ ਨੇ ਕਹੋ ਜੀ ਸ਼ਾਦੀ ਕੇ ਪੈਸੇ ਲੈ ਕੇ ਆ ਜਾਓ ਫਿਰ ਦੇਖਤੇ ਕਿਆ ਕਰੇਂਗੇ ਜਿੰਨੇ ਪੈਸੇ ਤੁਸੀਂ ਲਵਾਵਗੇ ਮੁੜ ਕੇ ਭੁੱਲ ਦੋ ਉਹਨੇ ਪੈਸੇ ਨਹੀਂ ਜੁੜਦੇ ਜੀ ਬਹੁਤ ਬਹੁਤ ਸ਼ੁਕਰੀਆ ਕਲੈਪਿੰਗ ਕਰੋ ਵੀ ਆਪਣੇ ਬੰਬੇ ਵਾਲੀ ਮੈਮ ਲਈ ਥੈਂਕ ਯੂ ਸੋ ਮਚ ਗੋਡ ਬਲੈਸ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਹਾਂਜੀ ਵੀਡੀਓ ਕਿੱਦਾਂ ਲੱਗੀ ਜੀ ਕਮੈਂਟ ਕਰਕੇ ਤੁਸੀਂ ਵੀ ਜ਼ਰੂਰ ਦੱਸਿਓ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਸਕੂਲਾਂ ਕਾਲਜਾਂ ਤੇ ਇਸ ਵਿਡ ਵਿਚਾ ਕੇ ਰੌਣਕਾਂ ਲਈ ਸਾਡੇ ਨਾਲ ਕੰਟੈਕਟ ਕਰੋ ਸਾਡਾ ਇੰਸਟਾਗ੍ਰਾਮ ਪੇਜ ਤੁਹਾਨੂੰ ਸਾਹਮਣੇ ਸਕਰੀਨ ਦੇਖਦਾ ਸਾਨੂੰ ਮੈਸੇਜ ਕਰੋ ਡੀਐਮ ਕਰੋ ਅਸੀਂ ਜ਼ਰੂਰ ਆਵਾਂਗੇ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਕੋਈ ਹੋਰ ਲਾਸਟ ਗੱਲ ਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਜੀ ਤੁਸੀਂ ਆਪਣੇ ਵੱਲੋਂ ਕਹਿ ਦਿਓ ਵੀ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ
ਲਾਈਕ ਸ਼ੇਅਰ ਵੀ ਕਰਾਓ ਜੀ, ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਕੀ ਕਹਿਣਾ ਕਮੈਂਟ ਦੇ ਵਿੱਚ ਉਹਨਾਂ ਨੇ ਜੀ, ਜੇ ਵਧੀਆ ਲੱਗੇ ਤਾਂ ਜ਼ਰੂਰ ਥੰਬਸ ਅਪ ਕਰਿਓ। ਅੰਗੂਠੇ ਦੇ ਬਾਰੇ ਕਰੇ ਜੀ, ਨੋਟ ਸ਼ਾਪ ਮਹਿਕਮਾ ਮਜ਼ਾਕ ਕਰਦੇ ਸੋ ਜ਼ਰੂਰ ਵੀਡੀਓ ਨੂੰ ਇੰਜੋਏ ਕਰਿਓ। ਬਹੁਤ ਬਹੁਤ ਸ਼ੁਕਰੀਆ।